ਕਿੱਦਾਂ ਜੀ ਸਾਰੇ ਠੀਕ ਠਾਕ ਸਤਿ ਸ਼੍ਰੀ ਅਕਾਲ ਤੇ ਅਸਲਾਮ ਵਾਲੇਕੁਮ ਜੀ ਤੁਹਾਨੂੰ ਸਵਾਗਤ ਖੁਸ਼ਾਮਦੀਦ ਵੈਲਕਮ ਪ੍ਰੀਤ ਬਾਣੀ ਰੀਐਕਸ ਤੇ ਜੁਗਤਾਂ ਦਾ ਵਾਰ ਜਿਹੜਾ ਚੱਲ ਰਿਹਾ ਸੀ ਉਹ ਥੋੜ੍ਹਾ ਪਿੱਛੋਂ ਪਿੱਛੇ ਹੀ ਚੱਲ ਰਿਹਾ ਸੀਗਾ ਅਜੇ ਅਸੀਂ ਸੈਕਿੰਡ ਹਾਫ ਉਹਦਾ ਬਣਾਇਆ ਨਹੀਂ ਪਰ ਕੋਈ ਨਹੀਂ ਸਾਰੀ ਗੱਲ ਸਾਨੂੰ ਨਾ ਕਮੈਂਟ ਆਉਣੇ ਸ਼ੁਰੂ ਹੋ ਗਏ ਸੀ ਕਿ ਇਸਕਾ ਸੈਕਿੰਡ ਪਾਰਟ ਕਹਾਂ ਹੈ ਮੈਂ ਕਿਹਾ ਇਸ ਤੋਂ ਪਹਿਲਾਂ ਕਿ ਗਾਲਾਂ ਪੈਣੀਆਂ ਸ਼ੁਰੂ ਹੋਣ ਅਸੀਂ ਬਣਾ ਕੇ ਖਤਮ ਕਰ ਦਿੰਦੇ ਹਾਂ ਖੈਰ ਗਾਇਜ਼ ਟੀ ਟਾਈਮ ਮੈਂ ਚਲਾ ਜੁਗਤੋਂ ਕਾ ਵਾਰ ਵੀਡੀਓ ਅਸੀਂ ਹਾਫ ਬਣਾਈ ਸੀਗੀ ਸੈਕਿੰਡ ਹਾਫ ਬਣਾ ਕੇ ਲੈ ਕੇ ਹਾਜ਼ਰ ਹਾਂ ਦੂਜੀ ਪੂਰੀ ਬਣਾਉਂਦੇ ਹਾਂ ਅਤੇ ਆ ਜਾਓ ਟੈਂਕ ਲੈ ਕੇ ਜਾਣ ਡਿਆ ਕਿ ਮਾੜਾ ਜਿਹਾ ਟਿਸ਼ੂ ਆਇਆ ਤੇ ਭਰਾ ਨੂੰ ਕਹਿੰਦਾ ਨਹੀਂ ਮੋੜ ਲੱਗੋ ਟਿਸ਼ੂ ਤੇ ਮੋੜ ਲੈ ਟੈਂਕ ਲੈ ਕੇ ਜਾਂਦੇ ਕਿ ਟੋਇਆ ਆਇਆ ਤੇ ਲਿਫਟਰ ਮੰਗਾ ਲਿਆ ਇਹਨਾਂ ਨੇ ਚਕਾ ਲੈ ਕੇ ਜਾਂਦੇ ਕਿ ਸਪੀਡ ਬ੍ਰੇਕਰ ਆਇਆ ਤੇ ਕਹਿੰਦਾ ਸਰਾਣੇ ਮੰਗਾ ਲਾ ਕਰੋ ਰਾਤ ਇੱਥੇ ਰਹਿ ਇਹ ਨਹੀਂ ਟੱਪਿਆ ਜਾਣਾ ਬਹੁਤ ਟਾਈਮ ਲੱਗ ਗਿਆ ਪਲੀਨ ਨੇ ਭਾਈ ਗੋਲਾ ਚਲਾਇਆ ਉਹ ਟੈਂਕ 'ਚ ਚੱਲ ਗਿਆ ਸਾਰੇ ਕਹਿੰਦੇ ਕੀ ਹੋਇਆ ਉਹ ਕਹਿੰਦਾ ਪੈਪ ਹੀ ਜਾਮ ਹੋਇਆ ਸੀ ਉਸ ਤੋਂ ਬਾਅਦ ਭਾਈ ਗਿਆ ਵਾ ਕਾਲੂ ਫੌਜੀਆਂ ਕੋਲ ਉਹਨਾਂ ਨੇ ਕਿਹਾ ਤੈਨੂੰ ਟੈਂਕ ਦੇਣਾ ਚਲਾਉਣਾ ਆਉਂਦਾ ਹੀ ਹੈ ਕਹਿੰਦਾ ਹਾਂਜੀ ਇਹ ਵਿੱਚ ਵੜ ਕੇ ਬਟਨ ਬੁਟਨ ਨੱਪੇ ਉਹ ਉਤਲਾ ਪੈਪ ਘੁੰਮ ਗਿਆ ਮੇਜਰ ਦਾ ਸਿਰ ਪਾੜ ਗਿਆ ਟੈਂਕ ਦੇ ਪੈਪ ਦੇ ਅੰਦਰ ਨੂੰ ਦੁਸ਼ਮਣ ਨੂੰ ਪਤਾ ਲੱਗਾ ਵੀ ਅੰਦਰ ਨਾ ਖਾਨ ਸਾਹਿਬ ਆ ਉਹਨੇ ਬਾਹਰੋਂ ਦੇ ਨਾ ਠੰਡਾ ਪਾਣੀ ਉੱਪਰ ਦੀ ਪਾ ਤੇ ਬਾਹਰ ਨਿਕਲ ਕੇ ਕਹਿੰਦਾ ਸਾਹ ਜੀ ਗੋਲੀ ਮਾਰ ਸਹੀ ਗੱਲ ਗੋਲੀ ਮਾਰ ਦੇ ਇਹਦੇ ਨਾਲ ਟੈਂਕ ਲਿਆ ਤੇ ਜੰਗਲ 'ਚ ਫਿਰਦਾ ਰਹਿੰਦਾ ਸੀ ਉਹ ਇੱਕ ਦਿਨ ਨਾ ਲੰਮੇ ਪਿਆ ਤੇ ਗੋਲੇ ਥਾਣੀ ਨਾ ਇੱਕ ਗਲਹਿਰੀ ਆ ਕੇ ਦੀ ਝੋਲੀ ਤੇ ਭਾਈ ਚਲਾ ਰਿਹਾ ਤੇ ਅੱਗੋਂ ਦੁਸ਼ਮਣ ਚੜਿਆ ਪਿਆ ਤੇ ਪਰਾਂ ਨੂੰ ਮੋੜ ਲਈ ਉਹ ਵੱਠੇ ਮੇਜਰ ਨੇ ਪੁੱਛਿਆ ਪਰਾਂ ਨੂੰ ਕਾਹਤੋਂ ਚਲ ਗਿਆ ਕਹਿੰਦਾ ਉਹਦਾ ਹੈਂਡਲ ਡੋਲਣ ਦਿਆ ਸੀ ਮੈਂ ਗਿਆ ਆਪਣੇ ਤਾਏ ਤੇ ਨਾ ਟੰਗ ਤੰਗ ਸੀਗਾ ਸਾਹ ਜੀ ਉਹਨੂੰ ਤੋਪ ਚਵਾ ਆ ਕੇ ਨਾ ਤੇ ਤੋਪ ਦਾ ਗੋਲੇ ਵਾਲਾ ਜਿਹੜਾ ਅਗਲਾ ਮੂੰਹ ਆ ਉਹਦੇ ਅੱਗੇ ਐਲਬੋ ਲਾ ਤੀ ਵਿੱਚ ਨੂੰ ਕਹਿੰਦਾ ਚੱਲ ਚਲਾ ਦੇ ਹੁਣ ਟੈਂਕ ਚ ਮਰਨ ਦਿਆ ਭਾਈ ਫਰੀਦ ਮੈਂ ਕਿਹਾ ਚੱਲਾਂਗੇ ਕਹਿੰਦਾ ਨਹੀਂ ਕੱਪੜੇ ਬਦਲ ਲੈਣਾ ਅੰਦਰ ਜਾ ਕੇ ਟੈਂਕ ਟੋਇਆ ਚ ਵਾੜ ਲਿਆ ਉਹਦੇ ਚ ਚੈਨ ਜੀ ਬਿੰਗੀ ਹੋ ਗਈ ਤੇ ਚੱਕੇ ਵਾਲੇ ਕੋਈ ਸਿੱਧੀ ਕਰਾਉਣ ਦਿਆ ਅੱਛਾ ਟੈਂਕ ਦੇ ਅੱਗੇ ਕਾਰ ਆ ਗਈ ਹੈ ਤੇ ਆਪਣੇ ਉਸ ਪੈਪ ਨਾਲ ਉਹਨੂੰ ਕਰਨ ਡਿਆ ਨਾ ਨਾ ਭਰਾ ਨਾਲ ਲੜ ਪਿਆ ਨਾ ਉਹ ਕਿਤੇ ਟੈਂਕ ਚ ਇਹ ਸੁੱਤਾ ਜਾ ਕੇ ਭਰਾ ਨੇ ਟੈਂਕ ਪਾਣੀ ਨਾਲ ਭਰਤਾ ਜਾਲ ਮਾਰੀ ਡੁੱਬ ਕੇ ਜਿਹੜਾ ਟੈਂਕ ਦੇ ਅੱਗੇ ਨੀ ਹੁੰਦਾ ਇਹ ਟੈਂਕ ਨਿਕਲੋ ਸਪੀਡ ਨਾਲ ਲੈ ਕੇ ਨਿਕਲਿਆ ਵਿੱਚੋਂ ਘਰੋਂ ਫੋਨ ਆਇਆ ਉਹਨੇ ਕਿਹਾ ਤੁਸੀਂ ਟੈਂਕ ਲੈ ਗਏ ਕਹਿੰਦਾ ਆਹੋ ਕਹਿੰਦੀ ਹਾਂ ਉੱਥੇ ਦੋ ਕਮੀਜ਼ਾਂ ਸੁੱਕਣੇ ਪਾਈਆਂ ਉਹ ਵੀ ਨਾਲ ਹੀ ਚਲੀ ਗਈ ਹਕੂਮਤ ਨੇ ਟੈਂਕ ਦਿੱਤਾ ਤੇ ਅਜ਼ਾਬ ਪਾਇਆ ਮਹੱਲੇ ਚ ਸਮਝ ਨੀ ਆ ਰਹੀ ਵੀ ਇਹਦਾ ਕਰਨਾ ਕੀ ਆ ਹੁਣ ਰੋਜ਼ ਰਾਤ ਨੂੰ ਭਾਈ ਸਵੇਰ ਬੁਆੜ ਕੇ ਉਹ ਭਾਈ ਆਪਣਾ ਟੈਂਕ ਅੱਗੇ ਕਰ ਅਸੀਂ ਰਕਸ਼ਾ ਕਰਨਾ ਟੈਂਕ ਕਦੀ ਉਹ ਉੱਥੇ ਖੜਾ ਕਦੀ ਉਹ ਉੱਥੇ ਖੜਾ ਹਕੂਮਤ ਨੇ ਟੈਂਕ ਦੇ ਦਿੱਤਾ ਤੇ ਉਹ ਟਰੈਕਟਰ ਵਾਲਾ ਸ਼ੀਸ਼ਾ ਲਾਉਂਦੇ ਆ ਅਗਲੇ ਪੈਪ ਤੇ ਹਕੂਮਤ ਨੇ ਭਾਈ ਫਰੀਦ ਨੂੰ ਵੀ ਟੈਂਕ ਦੇ ਦਿੱਤਾ ਇਹਦੀ ਗਲੀ ਤੰਗ ਆ ਇਹਨੇ ਸਿਰਫ ਪੈਪ ਪੁੱਟ ਲਿਆ ਕਹਿੰਦਾ ਆ ਬਾਕੀ ਰੱਖ ਲਾ ਇਹਨਾਂ ਨੇ ਕਿਹਾ ਖਿਲਾਰਨਾ ਕਿਤੇ ਕਹਿੰਦਾ ਮੈਂ ਘਰ ਖਿਲਾਰ ਲੂ ਇਹਨੇ ਗਰਾਜ ਚ ਖਿਲਾਰਿਆ ਤੇ ਉਹਦੀ ਜਿਹੜੀ ਅਗਲਾ ਪੈਪ ਇਹਦੀ ਐਲਸੀਡੀ ਕਮਰੇ ਚ ਟੈਂਕ ਮਿਲ ਗਿਆ ਤੇ ਦੁਕਾਨ ਹੀ ਮਿਲਣ ਦੀ ਕਿਰਾਏ ਤੇ ਕਲਾਮ ਦੇ ਬੜੀਆਂ ਸੋਹਣੀਆਂ ਬਰਾਤ ਬੈਂਡ ਟੰਗੇ ਇਹਨਾਂ ਨੇ ਟੈਂਕ ਮਿਲ ਗਿਆ ਇਹਨੂੰ ਵੀ ਭਾਈ ਚਾਚ ਨੇ ਇੰਨਾ ਘੁਮਾਇਆ ਉਲਟੀਆਂ ਕਰਦਾ ਬਾਹਰ ਘੁਮਾਉਂਦੇ ਡ੍ਰਿਫਟਾਂ ਚਾਚ ਕਹਿੰਦਾ ਇੰਨਾ ਘੁਮਾਇਆ ਟੂਲ ਪਲਾਜ਼ੇ ਵਾਲਿਆਂ ਨੂੰ ਜਾ ਕੇ ਕਹਿਣਾ ਮੈਨੂੰ 1,000 ਰੁਪਏ ਦਿਹਾੜੀ ਦੇ ਦਿਓ ਮੈਂ ਅਗਲੇ ਡੰਡੇ ਨਾਲ ਆਇਆ ਕਰੀ ਰੋਕ ਲਿਆ ਕਰੂੰ ਗੱਡੀਆਂ ਪਾਨਾ ਵਾਲੇ ਕੋ ਟੈਂਕ ਲਾ ਕਹਿੰਦਾ ਇੱਕ ਬਨਾਰਤੀ ਲਾ ਦੀ ਬਾਹਰ ਟੈਂਕ ਲੈ ਲਿਆ ਉਤਲੀ ਮੰਜ਼ਿਲ ਤੇ ਕਿਰਾਏ ਤੇ ਰਹਿੰਦਾ ਸੀ ਉਹਦੇ ਪੈਪ ਤੋਂ ਰੇੜ ਰੇੜ ਕੇ ਬੱਚੇ ਸਕੂਲੇ ਭੇਜਣ ਦੇ
ਅੱਛਾ ਯਾਰ ਬਲਡੋਜ਼ਰ ਕਰ ਲਓ मकान ढाले सा जी बुलडोजर लैके सजो बदरी गल लगे उतो छतां डिग गई बलडोजर भाई इन्हें पिंडा चवल और न्यूट्रल करके रेड ते खिलाता बलडोजर लेके सारा टब्बर शॉपिंग करन चल मार्केट दे विच वाड़ के सारा कुछ उत्ते छोटे भरा दा सिर नहीं सी बणन दिया लम्मा पा के बलडोजर नंगाउंदे हो अच्छा बलडोजर किड्डी तेज तुरदा वा कोई भी नहीं ओहदे च दोवे भरा बैठे ते स्टार्ट करके भरा नूं कहिंदा फड़ के बई घुट के अम्मा उहने किथे जाणा वा मैं बहुत पे चलाना यार फुल स्पीड च बलडोजर ते जा रहा ते लागो इक पैदल पता लंघ के इदां देख देख के कहिंदा आ जा पहुंच जा ते अपणियां नूं अच्छा बलडोजर किड्डा कु स्पीड च चलदा ਦੋਵੇਂ ਭਰਾ ਬੈਠੇ ਤੇ ਭਰਾ ਨੂੰ ਕਹਿਣ ਡਿਆ ਓਏ ਆਸਰਾ ਤੇ ਕਰ ਥੋੜਾ ਜਿਹਾ ਬਲਡੋਜ਼ਰ ਤੇ ਦੋਵੇਂ ਭਰਾ ਬੈਠੇ ਇੱਕ ਚਾਲ ਮਾਰਨ ਲੱਗਾ ਕਹਿੰਦਾ ਅੱਗੇ ਨੂੰ ਮੂੰਹ ਕਰਕੇ ਧਿਆਨ ਨਾਲ ਰੱਖ ਉਹ ਮਾਮਾ ਉਹਦੇ ਉਹਦੀ ਸਪੀਡ ਹੀ ਇੰਨੀ ਸਲੋ ਹੁੰਦੀ ਬਲਡੋਜ਼ਰ ਤੇ ਆਇਆ ਵਾ ਤੇ ਵਾਲ ਖਿਲ ਰਹੇ ਮੈਂ ਕੀ ਹੋਇਆ ਕਹਿੰਦਾ ਸਪੀਡ ਚ ਆਇਆ ਇਹ ਹਵਾ ਪੈ ਗਈ ਬਲਡੋਜ਼ਰ ਦੀ ਸਪੀਡ ਦੱਸ ਯਾਰ ਬਲਡੋਜ਼ਰ ਤੇ ਜਾਂਦੇ ਆ ਭਾਈ ਅੱਗੇ ਕਿਤੇ ਬਿੱਲੀ ਆ ਗਈ ਛਾਲ ਮਾਰ ਕੇ ਉਹਨੂੰ ਸਾਈਡ ਤੇ ਕਰਕੇ ਫੇਰ ਵਿੱਚ ਪੈ ਸਹੀ ਗੱਲ ਬਲਡੋਜ਼ਰ ਲੈ ਕੇ ਤੇ ਘਰ ਆ ਗਿਆ ਘਰ ਆ ਕੇ ਖਿਲਾਰਿਆ ਅੰਦਰ ਗਿਆ ਤੇ ਬਾਹਰ ਆ ਕੇ ਵੇਖੋ ਮੇਨ ਲੈਣ ਚ ਗਿਆ ਗਟਰ ਗਟਰ ਵਾਲੀ ਲੈਣ ਯਾ ਭਾਈ ਕਿ ਪ੍ਰੋਗਰਾਮ ਕਿਤੇ ਬਲਡੋਜ਼ਰ ਤੇ ਚੋਰੀ ਕਰਨ ਚਲਾ ਗਿਆ ਬਲਡੋਜ਼ਰ ਡਕੈਤੀ ਕੀਤੀ ਆ ਤੇ ਬਾਹਰ ਨਿਕਲ ਕੇ ਬਲਡੋਜ਼ਰ ਤੇ ਭੱਜਿਆ ਅੱਧੇ ਘੰਟੇ ਬਾਅਦ ਬੰਦਾ ਬਾਹਰ ਆ ਕਹਿੰਦਾ ਕਾਲੂ ਵਾਪਸ ਆ ਜਾ ਮੈਂ ਪੁਲਿਸ ਨੂੰ ਫੋਨ ਕਰ ਦੇਣਾ ਵਾਪਸ ਆ ਜਾ ਅਲੇ ਸਿਰ ਟੋਕ ਤਾਂ ਕਿਸੇ ਬਲਡੋਜ਼ਰ ਦੇ ਆਪਣੇ ਕਜ਼ਨ ਦੀ ਸ਼ਾਦੀ ਤੇ ਗਿਆ ਤੇ ਵਲੀਮਾ ਮੁੱਕੇ ਨੂੰ 6 ਦਿਨ ਹੋ ਗਏ ਆਹੋ ਲੇਟ ਹੋ ਗਏ ਥੋੜਾ ਲੱਟੇ ਦਾ ਫੂਡ ਪਾ ਗਿਆ ਬਲਡੋਜ਼ਰ ਤੇ ਵਿਆਹ ਤੇ ਚਲ ਗਿਆ ਤੇ ਉਹਨਾਂ ਨੂੰ ਕਹਿੰਦਾ ਮੇਰੇ ਨਾਲ ਬਾਦੋ ਲਾੜੀ ਲਾ ਅੱਛਾ ਕਿਤੇ ਰੇਡ ਤੇ ਬਲਡੋਜ਼ਰ ਘਰਾ ਬੈਠਾ ਉਹ ਥੱਲੇ ਨੂੰ ਆਉਣ ਲੱਗ ਪਿਆ ਤੇ ਉਹਦੇ ਅੱਗੇ ਸਾਈਕਲ ਸੁੱਟਣ ਦੇ ਮੰਜੀਆਂ ਸੁੱਟਣ ਦੇ ਉਹ ਸਾਰੀਆਂ ਹੀ ਪ੍ਰੈਸ ਕਰੀ ਜਾਣ ਦੋਵੇਂ ਭਰਾ ਬਲਡੋਜ਼ਰ ਤੇ ਜਾ ਰਹੇ ਤੇ ਨਿੱਕਾ ਪਿੱਛੇ ਬੈਠਾ ਕਹਿੰਦਾ ਭਜਾ ਕਹਿੰਦਾ ਮੈਂ ਉੱਤੋਂ ਨਗਾ ਦਾ ਸਾਰੇ ਬਸ ਇੰਨੀ ਕੁ ਸਪੀਡ ਠੀਕ ਭਜਾ ਦੇ ਰਿਹਾ ਦੋਵੇਂ ਭਰਾ ਬਲਡੋਜ਼ਰ ਚ ਬੈਠੇ ਆ ਤੇ ਪੁੱਛਣ ਦਿਆ ਭਾਈ ਫਰੀਦ ਬਲਡੋਜ਼ਰ ਭਜਾ ਯਾਰ ਕਹਿੰਦਾ ਆਹਦਾ ਗਰਾਰੀ ਸਾਈਡ ਬੈਠਾ अपनी बैट क्रेडी लिया मैं क्यों भरा यार टोचन पाया बैट क्रेडी ਚੋਰੀ ਕਰਨ ਗਏ ਨੇ ਤੇ ਉੱਥੇ ਚੋਰੀ ਕਰਕੇ ਤੇ ਬਾਹਰ ਨਿਕਲ ਆਇਆ ਤੇ ਘਰ ਦੇ ਕਹਿੰਦੇ ਆਰਾਮ ਨਾਲ ਸੌ ਜਾਓ ਮੈਂ ਪੜ ਲੈਣਾ ਇੱਥੇ ਹੀ ਹੋਣਾ ਅੱਛਾ ਬਲਡੋਜ਼ਰ ਤੇ ਜਾ ਰਿਹਾ ਤੇ ਮਗਰ ਪੁਲਿਸ ਲੱਗੀ ਤੇ ਪੁਲਿਸ ਵੀ ਉਸੇ ਸਪੀਡ ਤੇ ਤੇ ਨਾਲ ਦੇ ਪੁਲਿਸ ਵਾਲੇ ਨੇ ਕਹਿੰਦਾ ਫੜ ਲਈਏ ਯਾਰ ਤਾਂ ਬੋਰ ਹੋਣ ਲੱਗਾ ਜ਼ਿਆਦਾ ਦੂਰ ਨਹੀਂ ਜਾਣਾ ਇਹਨੇ ਪੜ ਲਓ ਛੋਟੇ ਮੁੰਡੇ ਨਾਲ ਪਾਇਆ ਦਾ ਤੇ ਅੱਗੇ ਇੱਕਦਮ ਨਾ ਉਹਦੇ ਮੱਥੇ ਨੂੰ ਇੰਜ ਹੱਥ ਰੱਖਿਆ ਕਹਿੰਦਾ ਪਾਪਾ ਇਹ ਕੀ ਕਹਿੰਦਾ ਮੈਂ ਹੈਂਡ ਬ੍ਰੇਕ ਮਾਰਨ ਲੱਗਾ ਤੇਰਾ ਮੱਥਾ ਨਾ ਵੱਜੇ ਅੱਗੇ ਬਲਡੋਜ਼ਰ ਤੇ ਬਹਿ ਕੇ ਇਹਨੇ ਗਾਣਾ ਲਾਇਆ ਅੱਜ ਮਿੱਤਰਾਂ ਨੇ ਟੋਰ ਕੇ ਵੱਡੇ ਪਲਾਸ ਦੇ ਬਾਹਰ ਬਲਡੋਜ਼ਰ ਲਾ ਕੇ ਵਾਲੇ 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 ਚਾਬੀ ਸੁੱਟਣ ਦੀ ਆਪਣੇ ਬਲਡੋਜ਼ਰ ਤੇ ਉਹ ਫਾਸਟ ਫਿਊਰਸ ਵਾਲਾ ਗੰਜਾ ਨੇ ਉਹਦੀ ਤਸਵੀਰ ਲਾਈ ਫਾਸਟ ਐਂਡ ਫਿਊਰਸ ਵਾਲੇ ਤਸਵੀਰ ਲਾਈ ਵਿੱਚ ਅੱਛਾ ਇਹ ਨਾਸ਼ਤਾ ਲੈਣ ਜਾਣਾ ਹੋਵੇ ਨਾ ਰਾਤ ਨੂੰ 9:30 ਨਿਕਲਦਾ आटा फड़ लिया मुक्का बिल ग्यारह तरीक साजी 17 होंदी ते पहली तरीक नूं तुर पैंदा बलडोजर बलडोजर इन्हां ने लिया ते कदी कढ़ना ही ना मैं कहा इन्हूं कद ली
ਫੈਮਿਲੀ ਸਾਰੀ ਨਾਰਾਨ ਹੋ ਗਿਆ ਬਲਡੋਜ਼ਰ ਧੋਣ ਦਿਆ ਸਾਹ ਜੀ ਨੂੰ ਬਲਡੋਜ਼ਰ ਦੀ ਵਿੱਥ ਚੜ ਗਈ ਬਰਫ ਕੁੱਟਣ ਦੋ ਬੰਦ ਬਲਡੋਜ਼ਰਾਂ ਦੇ ਅੱਗੇ ਖਲੋ ਕੇ ਤਾਂ ਕਹੀ ਆਵੇ ਆਣ ਦੋ ਉਹਨਾਂ ਨੇ ਭਾਈ ਅਸਲੀ ਸਟਾਰਟ ਕਰਕੇ ਜਦ ਬੁਲਡੋਜ਼ਰ ਖਰਾਬ ਹੋ ਗਿਆ ਤੇ ਭਰਾ ਨੂੰ ਕਹਿੰਦਾ ਜਾ ਕੇ ਲੋਡਰ ਦਾ ਵੇਖ ਰੱਖੀਏ ਚੱਲੀ ਤੂੰ ਵੀ ਭਰਾ ਜਾ ਰਹੇ ਬੁਲਡੋਜ਼ਰ ਤੇ ਉਹ ਇਹਨੂੰ ਕਹਿੰਦੇ ਚੁੱਕ ਅੱਗੋਂ ਚੁੱਕ ਅੱਗੋਂ ਚੱਕਾ ਭਰਾ ਕੁੱਬਾ ਵੀ ਸਿੱਧਾ ਪਾ ਕੇ ਉਹਦਾ ਕੁੱਬ ਕੱਢਣ ਦੇ ਬੁਲਡੋਜ਼ਰ ਚੜਾ ਇੱਕ ਖੋਤੇ ਚ ਬੁਲਡੋਜ਼ਰ ਮਾਰ ਕੇ ਸੋਰੀ ਅੱਖ ਲੱਗ ਗਈ ਸੋਰੀ ਅੱਖ ਲੱਗ ਗਈ ਸੋਰੀ ਅੱਖ ਲੱਗ ਗਈ ਤੋਬਾ ਖਲੋਤਾ ਤੇ ਬਲਡੋਜ਼ਰ ਤੇ ਰੇਲੀ ਕੱਢਣ ਦਿਆ ਇਲੈਕਸ਼ਨ ਹਾਰ ਗਿਆ ਇਲੈਕਸ਼ਨ ਖਤਮ ਵੀ ਹੋ ਗਏ ਲੋਕਾਂ ਨੂੰ ਪਤਾ ਨੀ ਲੱਗਾ ਇਹ ਕੌਣ ਆ ਖਲੋਤਾ ਜਿੰਨੀ ਦੇਰ ਰੇਲੀ ਪਹੁੰਚੀ ਇਲੈਕਸ਼ਨ ਦੀ ਤਰੀਕ ਲੰਘ ਗਈ ਸਹੀ ਗੱਲ ਪੁੱਪੀ ਨੂੰ ਈਦ ਦਿਨ ਬਲਡੋਜ਼ਰ ਤੇ ਸਰਗੋਦੇ ਚਲਾ ਗਿਆ ਪਹੁੰਚਿਆ ਤੇ ਪੁੱਪੀ ਦੀ ਔਲਾਦ ਵੀ ਮਰ ਗਈ ਸਰਗੋਦੇ ਗਿਆ ਬਲਡੋਜ਼ਰ ਵਨ ਵਨ ਟੂ ਟੂ ਚ ਪਾ ਲਿਆ ਕਿਸੇ ਨੂੰ ਨੀ ਬਚਾ ਪਾ ਰਿਹਾ ਇਸ ਦਾ ਫੋਨ ਆਇਆ ਬਲਡੋਜ਼ਰ ਦਾ ਚੱਕਾ ਚੁੱਕ ਕੇ ਉਹਨੂੰ ਚਲਾ ਕੇ ਭਾਈ ਉਹਦੇ ਨਾਲ ਤਲਵਾਰ ਲਾਉਂਦੇ ਆ ਚਾਚਾ ਉਮਰੇ ਤੇ ਆਇਆ 33 ਸਾਲ ਜਿਹੜੇ ਬੋਰਡ ਤੇ ਬੈਠਾ ਰਿਹਾ ਬਲਡੋਜ਼ਰ ਤੇ ਲੈਣ ਚਲਾ ਗਿਆ 33 ਸਾਲ ਏਅਰਪੋਰਟ ਬੈਠਾ ਰਿਹਾ ਵਾਹ ਵਾਹ ਬੇਟਾ ਉਹ ਜਦੋਂ ਉੱਥੇ ਪਹੁੰਚੇ ਚਾਚੇ ਜੀ ਦੀ ਦਾੜੀ ਹੋਈ ਸਹੀ ਗੱਲ ਆਪ ਆਏ ਹੋ ਤੁਮ 1122 ਚ ਪਾ ਲਿਆ ਤੇ ਇੱਕ ਫੋਨ ਆਇਆ ਉਹਨਾਂ ਕਹੇ ਜੀ ਐਕਸੀਡੈਂਟ ਹੋ ਗਿਆ ਤੇ ਉਹਨਾਂ ਨੂੰ ਕਹਿੰਦੇ ਕਿੰਨੇ ਵਜੇ ਜਨਾਜ਼ੇ ਦਾ ਲਾਣ ਉਹ ਇੰਨਾ ਹੌਲੀ ਚੱਲਦਾ ਵਾ ਬਲਡੋਜ਼ਰ ਤੇ ਉਹਦੇ ਤੇ ਬਹਿਣ ਲੱਗੇ ਆ ਵੀ ਲੈਦਰ ਦੀਆਂ ਜੈਕਟਾਂ ਧਾਰੀਆਂ ਐਨਕਾਂ ਦੀਆਂ ਉਂਗਲਾਂ ਦੇ ਦੱਸਾਂ ਤੇ ਓਏ ਪੂਰੀ ਕਿੱਟ ਦੁਸ਼ਮਣਾਂ ਨੂੰ ਕਹਿਣਾ ਤੇ ਸਾਡਾ ਭਾਰ ਨਹੀਂ ਚੱਲ ਸਕਦਾ ਬਲਡੋਜ਼ਰ ਦੇ ਸਿਰ ਤੇ ਬਲਡੋਜ਼ਰ ਦੀ ਬ੍ਰੇਕ ਤੇ ਧੂਮ ਵਾਲਾ ਸਾਥ ਲਾਇਆ ਬਲਡੋਜ਼ਰ ਦਾ ਉਹ ਵਿੱਚੋਂ ਖੜਬੜਾ ਹੋ ਗਿਆ ਤੇ ਚੰਗੇ ਭਲੀਆਂ ਸਾਫ ਸੜਕਾਂ ਖਰਾਬ ਕਰੀ ਜਾ ਰਹੀਆਂ ਜਿਬੀ ਹੋਈ ਜਾ ਰਹੀਆਂ ਸੜਕਾਂ ਸਾਰੀਆਂ ਅੱਛਾ ਇਹਨੇ ਬਲਡੋਜ਼ਰ ਲਿਆਂਦਾ ਤੇ ਉਹਨੂੰ ਲਾਕ ਤੇ ਨਹੀਂ ਸੀ ਕਰਦਾ ਰਾਤ ਨੂੰ ਵੈਲਡ ਕਰਕੇ ਸੋ ਜਾਂਦਾ ਕੁੰਡੇ ਨਾਲ ਦੋਏ ਤਾਂ ਜਿਸ ਟਾਇਰ ਸਹੀ ਆ ਬਲਡੋਜ਼ਰ ਲੈ ਲਿਆ ਤੇ ਉਹਦੇ ਤੇ ਲਿਖਾਇਆ ਦੇਰ ਸੇ ਪਹੁੰਚਣਾ ਕਭੀ ਨਾ ਪਹੁੰਚਨੇ ਸੇ ਬਿਹਤਰ ਕਭੀ ਚਾਬੀਆਂ ਰੋ ਤੁਰੇ ਫਿਰੇ ਉਹਨੇ ਕਹਾ ਹਾਂਜੀ ਕੀ ਕਹਿੰਦਾ ਯਾਰ ਮੇਰੇ ਬਲਡੋਜ਼ਰ ਦੀ ਚਾਬੀ ਅੰਦਰ ਰਹਿ ਗਈ ਬਲਡੋਜ਼ਰ ਤੇ ਲਿਖਾਇਆ ਫੇਰਾ ਲੱਭੇ ਨਾ ਲੱਭੇ ਸਪੀਡ 190 ਇੱਕ ਬੰਦੇ ਨਾਲ ਨਾ ਮੈਂ ਘੁਮਾਕਾ ਵਾਲੇ ਨਾਲ ਲੜੀ ਜਾਇਆ ਬੋਰਡ ਲਾਓ ਜਿਹੜਾ ਲਿਖਿਆ ਵਾ ਤੇਜ਼ ਰਫ਼ਤਾਰ ਆਸ ਤੱਕ ਚੱਲ ਅੱਛਾ ਬਲਡੋਜ਼ਰ ਤੇ ਜਾ ਰਿਹਾ ਬਲਡੋਜ਼ਰ ਪਾ ਲਿਆ ਝਾਲ ਤੋਂ ਨਾ ਮੈਕਡੋਨਲਡ ਚੌਂਕ ਅੱਛਾ ਸਵਾਰੀ ਵਾਸਤੇ ਇੱਕ ਸਵਾਰੀ ਬੈਠੀ ਝਾਲ ਤੋਂ 25-26 ਸਾਲ ਉਹਦੀ ਉਮਰ ਬੱਚੇ ਦੀ 65 ਸਾਲ ਦੀ ਉਮਰ ਚ ਚੇਜ਼ਰ ਦੇ ਅੱਗੇ ਉਤਰ ਗਿਆ ਪੂਰਾ ਵੀ ਨਹੀਂ ਪਹੁੰਚਿਆ ਉਹਦੇ ਗਿਆ ਯਾਰ ਰਹਿ ਦਿਓ ਇੱਥੇ ਲਾ ਦਿਓ ਉਧਰ ਭਾਈ ਨੇ ਨਾ ਲੈ ਲਿਆ ਤੇ ਅੰਡਰਪਾਸ ਚ ਵਾੜ ਲਿਆ ਉਹ ਤਾਂ ਹੀ ਨਾ ਚੜੇ ਉੱਤੇ ਹੀ ਝੂੜੇ ਲਈ ਸਹੀ ਗੱਲ ਹੁਣ ਨਿਕਲਣ ਦੇ ਨਾ ਤੇਲ ਪਾਈ ਜਾਣਾ ਹੈ ਬੱਚਿਆਂ ਦੀ ਟਿਕਟ ਲੱਗੀ ਇੱਕ ਬੰਦਾ ਕਹਿੰਦਾ ਯਾਰ ਤੂੰ ਛੇਤੀ ਤੋਂ ਛੇਤੀ ਕਦੋਂ ਜਾ ਸਕਦਾ ਕਹਿੰਦਾ ਜੇ ਅੱਗੋਂ ਚੜਾਈ ਹੋਵੇ ਯਾਰ ਇੱਕ ਬੰਦੇ ਨੇ ਬਲਡੋਜ਼ਰ ਦੀ ਚਾਬੀ ਮੰਗੀ ਉਹਨੂੰ ਗੱਲ ਸੁਣਾਉਂਦਾ ਕਹਿੰਦਾ ਇਹਦੀ ਚੈਨ ਉਤਰਦੀ ਬਲਡੋਜ਼ਰ ਤੇ ਜਾਂਦੇ ਤੇ ਲਾਗੋ ਟਾਇਰ ਵਾਲਾ ਬੱਚਾ ਲੰਘਿਆ ਤੇ ਆਪਣੇ ਭਰਾ ਨੂੰ ਕਹਿੰਦਾ ਤੂੰ ਇਹਦੇ ਨਾਲ ਚੱਲ ਜਾ ਫਿਰ ਮੈਨੂੰ ਤੇ ਦੇਖ ਉਹ ਜ਼ਿਆਦਾ ਤੇਜ਼ ਜਾ ਰਿਹਾ ਟਾਇਰ ਵਾਲਾ ਬੱਚਾ ਸੋਡੀ ਵਾਲਾ ਆਪਣੇ ਭਰਾ ਦਾ ਸਾਲਗਿਰਾ ਦਾ ਕੇਕ ਲੈਣ ਗਿਆ ਬਲਡੋਜ਼ਰ ਤੇ ਜਦੋਂ ਵਾਪਸ ਆਇਆ ਉਹਦੇ ਕੋਲ ਸੀਗੇ
ਬਾਅਦ ਅਸੀਂ ਬੈਠੇ ਹਾਂ ਤੇ ਉਹਨੇ ਆਉਂਦਿਆਂ ਮੈਂ ਅਜੀਬ ਜਿਹੀ ਗੱਲ ਕੀਤੀ, ਮੈਂ ਕਿਹਾ ਯਾਰ ਕਾਲੂ ਬੜਾ ਅੱਛਾ ਮੁੰਡਾ, ਕਹਿੰਦਾ ਨਹੀਂ ਭਾਜੀ ਤੁਹਾਨੂੰ ਪਤਾ ਨੀ ਹੈਗਾ ਘਰ ਚ ਦੀ ਕੀ ਰਿਪਿਊਟ ਹੈ। ਸਹੀ ਗੱਲ ਕਹਿੰਦਾ ਸੱਪ ਭਰਾ ਨਹੀਂ ਆ, ਛੋਟਾ ਸਕਾ ਭਰਾ ਕਹਿੰਦਾ। ਹਾਂਜੀ ਉਹਦਾ ਹੀ ਬਣਦਾ ਸੀ ਕਹਿਣਾ, ਹੋਰ ਤਾਂ ਕੋਈ ਕਹਿ ਨਹੀਂ ਸਕਦਾ। ਸ਼ਰੀਕਾ ਹੀ ਹੁੰਦਾ, ਲੈ ਛੋਟੇ ਭਰਾ ਵੀ ਸ਼ਰੀਕਾ ਹੁੰਦਾ ਸਰ, ਹੋਰ ਉਹ ਜਾਣ ਮਾਂ ਪਿਓ ਤੋਂ ਇਲਾਵਾ ਸਾਰਾ ਸ਼ਰੀਕਾ ਹੁੰਦਾ, ਛੋਟੇ ਭਰਾਈ ਤੇ ਸ਼ਰੀਕਾ ਹੁੰਦਾ। ਨਹੀਂ ਉਸਤਾਦ ਜੀ, ਉਹ ਯਾਰ ਜਾ ਕੰਮ ਕਰ ਤੇ ਭਰਾ ਭਰਾਵਾਂ ਦੀਆਂ ਬਾਵਾਂ ਪਿਓ ਸੇ ਭਾਈ ਇਦਾਂ ਦੇ, ਫਿਰ ਯਾਰ ਯਾਰਾਂ ਦੇ ਫਲਾਣੇ ਤੇ ਇਹ ਤੇ ਗੱਲਾਂ ਨੇ। ਨਹੀਂ 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 ਬਾਵਾਂ ਤੇ ਇਹ ਤੇ ਬੰਦੇ ਐਵੇਂ ਗੱਲਾਂ ਨੇ, ਏਡੇ ਏਡੇ ਵੱਡੇ ਲੋਕ ਕਰ ਗਏ, ਕਿਤਾਬਾਂ ਚ ਲੱਗੇ ਨੇ, ਪਿਓ ਸਿਰਦਾ ਨੇ ਤਾਜ ਮੁਹੰਮਦ ਤੇ ਮਾਵਾਂ ਠੰਡੀਆਂ ਛਾਵਾਂ। ਯਾਰ ਕਿਤਾਬਾਂ ਚ ਦੇ ਵੀ ਦੇ, ਕੁੱਤਾ ਬਹਿਵੇ ਤੇ ਉਹਨੂੰ ਪੈ ਜਾਓ ਲਈ ਕਿਹੜੀ ਕਿਤਾਬ ਤੇ ਬਹਿ ਜਾਓ ਯਾਰ, ਆਹ ਕੁੱਤਾ ਬਹਿਵੇ ਤੇ ਉਹਨੂੰ ਪੈ ਜਾਓ, ਨਹੀਂ ਕੁੱਤਾ ਬਹਿਵੇ ਤੇ ਬਹਿ ਜਾਓ, ਤੁਸੀਂ ਬਹਿ ਜਾਓ, ਇਹ ਕਹਿੰਦੇ ਆ। ਹਾਂ ਸੱਜਣਾ ਵੀ ਮਰ ਜਾਣਾ, ਬਾਅਦ ਸ਼ਰੀਕਾ ਹੀ ਆ, ਹੋਰ ਸ਼ਰੀਕਾ ਕੀ ਹੁੰਦਾ, ਫੁੱਫੀ ਤਾਏ ਚਾਚੇ ਸ਼ਰੀਕਾ ਨੀ ਹੁੰਦੇ, ਇਹਨਾਂ ਜਿੰਨੇ ਸ਼ਰੀਕਾ ਭਰਾ ਹੁੰਦੇ ਆ, ਜਦੋਂ ਭਰਾ ਦਾ ਵਿਆਹ ਹੋ ਜਾਂਦਾ ਉਹਨਾਂ ਦੀਆਂ ਬੁੱਢੀਆਂ, ਉਹ ਸ਼ਰੀਕਾ ਸ਼ੁਰੂ ਹੋ ਜਾਂਦਾ, ਤੇ ਫਿਰ ਉਹ ਜਿਹੜਾ ਕਹਿੰਦੇ ਆ ਖੂਨ ਸਫੈਦ ਹੋ ਗਿਆ ਉਹ ਖਤੋਂ ਕਹਿੰਦੇ। ਹਾਂ ਸਾਰਾ ਕੁਛ ਹੀ ਆ, ਭਰਾ ਭਰਾ ਹੀ ਹੁੰਦੇ ਆ, ਪਰ ਦੁਨੀਆ ਚ ਬਹੁਤ ਕੁਛ ਹੋ ਗਿਆ ਭੈਣ, ਇਹ ਕਹਿਣਾ ਚਾਹ ਰਿਹਾ। ਅੱਜ ਤੀਕਰ ਮੈਂ ਨੀ ਕੇਸ ਸੁਣਿਆ ਕਿ ਭਰਾ ਨੂੰ ਭਰਾ ਨੇ ਮਾਰਤਾ। ਯਾਰ ਤੂੰ ਆਪਣੇ ਛੋਟੇ ਭਰਾ ਦੀ 36 ਵਾਰੀ ਗੱਲ ਸੁਣਾਈ ਦਿੰਦੀ। ਉਹ ਯਾਰ ਉਹਨੇ ਆ ਜਾ ਕੇ ਗਿਰੇਬਾਨ ਫੜਿਆ, ਦੋ ਚਪੇੜਾ ਮਾਰ ਲਈਆਂ, ਮਤਲਬ ਝਰੂ ਲਿਆ ਮਿੱਟੀ ਦੇ, ਇਹਨੇ ਕਿਹੜਾ ਕੀ ਫਰਕ ਆ, ਇਹ ਕਿਹੜੀ ਕੋ ਗੱਲ ਹੋਈ, ਕਦੀ ਬੰਦਿਆਂ ਚ ਆ ਕੇ ਗਾਲਾਂ ਕੱਢ ਲਈ, ਇੰਨਾ ਕਿ ਤਾਂ ਯਾਰ ਇਹ ਥੋੜੀ ਹੈ ਕਿ ਤੁਸੀਂ ਮਤਲਬ ਅਗਲੇ ਬੰਦੇ ਤੇ ਇਲਜ਼ਾਮ ਲਾ ਦਿਓ ਕੋਈ ਬੜਾ ਗੱਲ। ਹੁਣ ਤੇਰੀਆਂ ਆਂਦਰਾਂ ਦੀ ਗਿੱਛ ਕਰੇ ਖਰੋ ਕੇ ਤੇਰੇ ਸਾਹਮਣੇ ਫੇਰ ਤੋਂ ਬੰਦੇ ਕਰਦੇ, ਖੁਸਰੇ ਨੇ ਸਾਰੀ ਜਾਰੀ ਲਾ ਲਈ ਤੇ ਗਾਣਾ ਲਾਇਆ ਸ਼ਰੀਕਾ ਨੂੰ ਅੱਗ ਲੱਗਦੀ ਮਟ ਲੈ। ਇਹਦੇ ਨਾਲ ਵੀ ਇੱਕ ਖੁਸਰਾ ਮਾੜੀ ਮਾੜੀ ਅੰਡਰਸਟੈਂਡਿੰਗ ਹੋਈ ਤੇ ਉਹਨੂੰ 1000 ਰੁਪਇਆ ਦੇ ਕੇ ਕਹਿੰਦਾ ਯਾਰ ਉਹਦੇ ਤੇ ਮੇਰੇ ਭਰਾ ਤੇ ਕੋਈ ਇਲਜ਼ਾਮ ਲਾ। ਹੀਰ ਰਾਂਝਾ ਬਣਨ ਦੀ ਬੜੀ ਸ਼ੌਕ ਸੀ ਤਾਜੀ ਨੂੰ, ਰਾਂਝਾ ਬਣਨ ਦਾ ਹੀਰ ਵਾਸਤੇ ਉਹਨੂੰ ਕੋਈ ਖੁਸਰਾ ਬਣਾ ਲਿਆ ਹੀਰ, ਤੇ ਉਹਨੂੰ ਫੋਨ ਕਰਕੇ ਕਹਿੰਦੇ ਮੇਰੀ ਚੂਰੀ ਲੈ ਕੇ ਆ, ਬਿਮਾਰ ਹੋ ਗਿਆ ਤੂੰ ਦਵਾਈ ਲੈਣ ਨੀ ਜਾਣ ਡੇ, ਘਰ ਗਾਣਾ ਸੁਣੀ ਜਾਣ ਡੇ, ਬਿਮਾਰਾਂ ਨੂੰ ਸ਼ਿਫਾ ਮਿਲੇ। ਸਾਜੀ ਜਿਹੜੀ ਬੇਸਿਕ ਇਨਸਾਨ ਦਾ ਖੂਨ ਹੁੰਦਾ ਨਾ, ਸਹੀ ਗੱਲ ਯਾਰ, ਤੇਰਾ ਚਾਚਾ ਵਾ ਉਹ ਤੇਰਾ ਖੂਨ ਨੀ, ਉਹਨੇ ਕੀ ਕੀਤਾ ਮੈਨੂੰ, ਤੇਰਾ ਚਾਚਾ ਖੂਨ ਨੀ ਹੁੰਦਾ, ਚਾਚਾ ਚਾਚੇ ਭਤੀਜੇ ਦਾ ਕਿੰਨਾ ਪਿਆਰਾ ਰਿਸ਼ਤਾ ਵਾ, ਖੂਨ ਦਾ ਰਿਸ਼ਤਾ ਵਾ, ਆ ਮਾਸੀਆਂ ਤੇ ਮਾਸੜ ਇਹ ਨਹੀਂ ਹੁੰਦਾ ਜਿੰਨਾ ਦਾਦਕਿਆਂ ਖਿੱਚ ਪੈਂਦੀ ਆ, ਚਾਚਾ ਜਿਹਦੀ ਸ਼ਕਲ ਚ ਤੁਹਾਨੂੰ ਪਿਓ ਨਜ਼ਰ ਆਉਂਦਾ ਆਪਣਾ, ਠੀਕ ਆ, ਦਾਦਾ ਚਾਚੇ ਫੁੱਫੀਆਂ, ਲੈ ਉਹਨਾਂ ਦੇ ਉਹ ਅਸੈਸਿਸ ਰੌਲੇ ਨੇ ਭਤੀਜੇ ਨੇ ਚਾਚੇ ਨੂੰ ਭੜਕਾ ਤਾ, ਚਾਚੇ ਨੇ ਭਤੀਜੇ ਨੂੰ ਭੜਕਾ, ਕਿੱਥੇ ਨੇ ਉਹ ਲੋਕ ਯਾਰ, ਤੂੰ ਬੇਵਕੂਫ ਆ ਯਾਰ, ਕੇਸ ਭਰੇ ਪਏ ਆ ਬਸ, ਤੇਰਾ ਸਕਾ ਚਾਚਾ ਤੇਰੇ ਨਾਲ ਰਹਿੰਦਾ ਵਾ, ਤੂੰ 4 ਕਿਤਾਬਾਂ ਉੱਤੇ ਲਿਖ ਸਕਦਾ ਜੋ ਜੋ ਤੇਰੇ ਨਾਲ ਉਹਨੇ ਕਰਦਾ, ਤੂੰ ਐਵੇਂ ਵੀ ਬਕਵਾਸ ਕਰ ਰਿਹਾ, ਇੰਨਾ ਕੁਝ ਕਰਦਾ, ਸਾਹਮਣੇ ਮਿਸਾਲ ਬੈਠੀ ਉਹਦਾ ਭਰਾ ਉਹਦੇ ਬਾਰੇ ਚ ਕੀ ਕੀ ਕਹਿੰਦਾ, ਮੈਂ ਇਹੋ ਹੀ ਤਾਂ ਸੁਣ ਕੇ ਹੈਰਾਨ ਹੋਇਆ ਵਾ, ਕਿਦੋਂ ਹੋਈ ਗੱਲ, ਇਹਨਾਂ ਦੀਆਂ ਗੱਲਾਂ ਪਿੱਛੇ ਨਾ ਲੱਗੀ ਤੂੰ, ਆਹੋ ਇਹਨਾਂ ਨੇ ਮਾਰਤੇ ਆਪਣੇ ਭਰਾ ਨੂੰ, ਯਾਰ ਇਹਦਾ ਮਕਾਨ ਸ਼ੁਰੂ ਹੋਇਆ ਵਾ ਚਾਚੇ ਦੀ ਮੁਹੱਬਤ ਚ, ਕਰ ਖੂਨ ਦਾ ਰਿਸ਼ਤਾ, ਸਭ ਤੋਂ ਪਹਿਲੇ ਚਾਚਾ ਆ, ਜੋੜ ਲੱਗਾ ਵੀ ਮੇਰੇ ਭਤੀਜੇ ਦਾ ਮੇਰੇ ਪੁੱਤਰ ਦਾ ਘਰ ਬਣ ਰਿਹਾ ਵਾ, ਇੱਥੇ ਕੋਈ ਇੱਕ ਚੀਜ਼ ਵੀ ਜਿਹੜੀ ਚੁੱਕਣੀ ਹੈ ਮੈਂ ਆਪ ਚੁੱਕਣੀ, ਖਬਰਦਾਰ ਕਿਸੇ ਨੇ ਹੱਥ ਲੈ ਕੇ ਨਹੀਂ, ਭਾਈ ਹੱਕ ਵੀ ਇਹੀ ਬੰਦਾ, ਫਰੀਦ ਦੇ ਚਾਚੇ ਨੂੰ ਵੇਖ ਕੇ ਲੋਕੀ ਭਲਾ ਕੀ ਕਹਿੰਦੇ, ਉਹ ਚਾਚਾ ਡਾਕੂ ਕੋਈ ਯਾਰ ਨੀ ਅੱਜ ਤੀਕਰ ਕਿਸੇ ਲਈ ਯਾਰ ਲਈ ਮਰਦਾ, ਯਾਰ ਜਾਲੀ ਲੋਕ ਹੁੰਦੇ ਯਾਰਾਂ ਦੀਆਂ ਗੱਲਾਂ, ਯਾਰ ਜਿਹੜੇ ਹੁੰਦੇ ਨੇ ਜਾਲੀ, ਮੈਂ ਅੱਜ ਤੀਕਰ ਕੋਈ ਯਾਰ ਐਸਾ ਨੀ ਵੇਖਿਆ ਜਿੰਨੇ ਤੁਹਾਡੇ ਨਾਲ ਵਫਾ ਐਸੀ ਕਰ ਗਿਆ ਹੋਵੇ ਕਿ ਤੁਸੀਂ ਬੇਟੇ ਹੈਗੇ ਨੇ ਉਸ ਮਹੱਲੇ ਚੋਂ ਨਿਕਲ ਬਣੇ ਹੈਗੇ ਨੇ ਉਸ ਮਹੱਲੇ ਚੋਂ ਨਿਕਲ
ਕਿਸੇ ਮਹੱਲੇ ਚ ਆ, ਕੋਈ ਨੀ ਮਦਦ ਕਰਦਾ ਕਿਸੇ, ਹਾਂ ਤੈਨੂੰ ਪਤਾ ਲੱਗੇਗਾ ਹਮੇਸ਼ਾ ਭਰਾਵਾਂ ਦੀਆਂ ਬਾਹਾਂ, ਲੇਕਿਨ ਇਹਦਾ ਨੀ ਆ ਉਹ, ਤੈਨੂੰ ਪਤਾ ਇਹਦੀਆਂ ਬਾਹਾਂ ਵੱਢਣ ਨੂੰ ਫਿਰਦਾ, ਤੈਨੂੰ ਪਤਾ ਨੀ ਫਰੀਦ ਉਹਨੇ ਕਿਹਾ ਵਾ ਕਿ ਹਿੱਸੇ ਦਾ ਲਾਲਚ ਦੇ ਕੇ ਅਸੀਂ ਇਹਨੂੰ ਘਰ ਚ ਨੌਕਰ ਬਣਾਇਆ, ਹਰ ਕੰਮ ਕਰਾਉਂਦੇ ਇਹਦੇ ਕੋਲੋਂ। ਹੈਂ ਵਾਕੇ ਦੋੜ ਫਿਟੇ ਮੂੰਹ ਤੇ ਨਾ ਮੈਨੂੰ ਦੱਸ ਤੇ ਸਹੀ, ਤੈਨੂੰ ਪਤਾ ਬਾਹਾਂ ਉਹ ਕਿੰਨਾ ਵੱਡਾ ਗੇਮਰ ਉਹ ਯਾਰ, ਉਹ ਤੂੰ ਕਿਹੜਾ ਘਰ ਚ ਸੂਰੀਆ ਬੰਸ਼ਮ ਲੱਗਾ ਜਿਹੜਾ ਕੁਤਰਾ ਉਹਨੇ ਬਾਹਰ ਖਲੋਤਿਆ ਜਦੋਂ ਗੱਲ ਕੀਤੀ ਨਾ, ਮੈਨੂੰ ਬੜਾ ਦੁੱਖ ਹੋਇਆ, ਕਹਿੰਦਾ ਭਾਵੇਂ ਵੱਡਾ ਭਰਾ ਵਾ ਭਾਵੇਂ ਛੋਟਾ, ਮੇਰਾ ਦਿਲ ਕਰਦਾ ਇੱਥੇ ਗੱਲ ਚ ਰੱਸਾ ਪਾ। ਕੌਣ ਕਹਿੰਦਾ? ਨਿੱਕਾ ਭਰਾ ਭਰਾ ਕਹਿੰਦਾ ਧਰੂਆ ਉਹਨੂੰ ਰੱਸਾ ਪਾ। ਯਾਰ ਇਹਨਾਂ ਦਾ ਆਪਸ ਚ ਮਸਲਾ ਵਾ, ਉਹ ਏਦਾਂ ਇਹ ਵੀ ਏਦਾਂ ਹੀ ਕਹਿੰਦਾ ਵਾ, ਇਹ ਰਾਤ ਨੂੰ ਫਿਰ ਇਕੱਠੇ ਹੀ ਹੁੰਦੇ ਸਾਰੇ। ਉਹ ਜੁੱਤੀ ਦਿੱਤੀ ਸੀ ਤੂੰ ਉਹਨੂੰ ਪਿੱਛੇ ਲੈ ਕੇ ਪਿੱਛੇ, ਉਹ ਤੇਰੇ ਨਾਲ ਮੁਖਲਸ ਨਹੀਂ ਹੋ, ਮੈਂ ਤੈਨੂੰ ਦੱਸ। ਜੁੱਤੀ ਦਾ ਕੀ ਇਸ਼ੂ ਆ ਗਿਆ ਵਿੱਚ ਯਾਰ? ਜੁੱਤੀ ਨਹੀਂ, ਭਾਈ ਨੇ ਸਮਾਨ ਭੇਜਿਆ ਸੀ ਉਹਦੇ ਹੱਥੋਂ, ਨੇ ਤੈਨੂੰ ਦਿੱਤਾ ਕੁਛ ਥੋੜਾ ਬਹੁਤਾ, ਚਾਰ ਸ਼ਹਿਰ ਸੀਗਾ ਸ਼ੈਂਪੂ ਦਾ ਡੱਬਾ ਸੀ, ਨਾਲ ਦੋ ਸੂਟ ਸੀ ਮਰਦਾਨਾ, ਲੇਡੀਜ਼ ਵੀ ਸੀ, ਬੱਚਿਆਂ ਦੇ ਵੀ ਨਹੀਂ ਮਿਲੇ ਉਹਨੂੰ, ਭੇਜਿਆ ਨੀ ਭਾਈ ਯਾਰ, ਉਹਨੂੰ ਜ਼ਰੂਰਤ ਹੋਣੀ ਰੱਖ ਲਿਆ। ਵੇਖ ਕਿੰਨਾ ਅੱਛਾ ਜੀ, ਓਏ ਸੇਠੀ ਦੀ ਫਿੰਸੀ ਹੁੰਦੀ, ਮੈਂ ਤੈਨੂੰ ਇਹ ਕਹਿਣ ਦਿਆਂ ਕਿ ਯਾਰ ਮੈਂ ਇਹੀ ਕਹਿਣ ਦਿਆਂ ਤੈਨੂੰ, ਏਦਾਂ ਨਹੀਂ ਹੁੰਦਾ ਭਾਈ, ਕੀ ਹੋ ਗਿਆ ਤੈਨੂੰ, ਕਿਹੜੇ ਪਾਸੇ ਚਲੇਗਾ ਤੂੰ ਯਾਰ, ਮੇਰਾ ਭਰਾ ਵਾ ਛੋਟਾ ਵਾ, ਤੇ ਸ਼ਾਹਰੁਖ ਖਾਨ ਦੇ ਨੱਕ ਦਾ ਵਾਲ, ਵਾ ਵਾ ਕੀ ਕਹਨੇ, ਇਦਾਂ ਨਾ ਕਰੋ ਯਾਰ, ਸਰਦਾਰ ਇਹਦਾ ਕੋਬ ਹੁੰਦਾ ਮਰੇ, ਕੀ ਵਾ ਜੈਲੋ ਮੌਕਾ ਹੁੰਦਾ, ਵਾ ਵਾ ਦੀਪਿਕਾ ਦੇ ਦਦਰੀ ਨਿਕਲੂਗੀ ਨਾ ਕਰਿਆ ਕਰੋ ਯਾਰ, ਮੇਲ ਕਪੂਰਾ ਸਿਖਾਉਂਦੇ ਆ, ਕੀ ਓਏ ਕੋਲਗਟ ਪੇਸ ਨਾਲ ਫਿਸ਼ਲ ਕੀਤਾ ਹੁੰਦਾ, ਮੈਂ ਇਹ ਕਹਿੰਦਿਆ ਕਿ ਕਲੀਨਾ ਗੈਪ ਨੂੰ ਜੜਕਾਨ ਹੋਇਆ ਹੁੰਦਾ, ਵਾ ਵਾ ਕੀ ਕਹਨੇ, ਅੱਛਾ ਬਜਰੀ ਵਾਲਾ ਪਾਉਣ ਹੁੰਦਾ, ਚਲੋ ਦਫਾ ਛੱਡੋ ਪਰੇ ਯਾਰ, ਕਿਆ ਬਾਤ ਹੈ, ਸ਼ਾਟ ਵਾਲਾ ਬੰਬੂ ਹੁੰਦਾ, ਵਾ ਵਾ ਆਇਆ ਕਿਹੜਾ ਸ਼ਾਟ ਵਾਲਾ, ਸ਼ਾਟ ਵਾਲਾ ਬੰਬੂ ਯਾਰ, ਜੁਗਤਾ ਨਾ ਤੂੰ ਪ੍ਰਹਾਲ ਤਵਜੋ ਕਰ, ਕੀ ਗੇਮ ਚੱਲ ਰਹੀ ਇਹਨੂੰ ਸਮਝ ਸਰ, ਓਏ ਉਹਨਾਂ ਦੀ ਕਿਹੜਾ ਕੋ ਪ੍ਰਾਪਰਟੀ ਅਰਬਾਂ ਕਰੋੜਾਂ ਦੀ, ਵੀ ਜਿਹੜਾ ਬਈ ਰੌਲਾ ਕੀ ਕਰ ਲੂਗਾ ਭਰਾ, ਸਾਡੀ ਕਿਹੜਾ ਚੇਤ ਬਿਨਾ ਕੰਧ ਲੱਗਦੀ, ਕੀ ਹੋ ਗਿਆ, ਅਸੀਂ ਨਾ ਹੀ ਹੈਗੇ ਆ, ਕਮੀ ਹੈਗੇ, ਸੇਪੀ ਮਿਲ ਗਈ ਬਾ ਠੀਕ, ਨਾ ਇਹ ਗੱਲ ਨਹੀਂ ਕਰਦੇ, ਨਹੀਂ ਕਮੀ ਤੂੰ ਨਾ ਕਹਿ, ਕੰਮ ਕਰਨ ਵਾਲਾ ਕਮੀ ਹੁੰਦਾ ਹੈ, ਅੱਲਾ ਕਮੀ ਨਾ ਕਿਹਾ ਕਰਨਾ, ਫਿਰ ਉਹ ਕਮੀਨ ਵੀ ਕਿਹਾ, ਕਮੀ ਕਮੀ ਕਿਹਾ, ਕਮੀ ਮੈਂ ਉਦੋਂ ਵੀ ਕਿਹਾ ਸੀ ਤੁਹਾਨੂੰ, ਅਸੀਂ ਨਾਈ ਰਾਜਪੂਤ ਆ, ਮੈਂ ਕਮੀ ਕੁਮੀ ਨਹੀਂ ਹੈਗਾ ਯਾਰ, ਤੇ ਇਹ ਬੜੇ ਵੱਡੇ ਲੋਕ ਹੁੰਦੇ ਨੇ ਨਾਈ ਰਾਜਪੂਤ, ਸਾਨੂੰ ਬੰਦੇ ਨੂੰ ਬੰਦਾ ਬਣਾ, ਇੱਕ ਕੰਮ ਆ, ਕਾਸ ਨਹੀਂ ਹੈ, ਕਾਸ ਕੀ ਤੁਹਾਡੀ, ਖੋਖਰ, ਖੋਖਰ ਅਸੀਂ ਪਿੱਛੋਂ ਜਲੰਧਰੋਂ, ਖੋਖਰ ਪਿੱਛੋਂ ਮੈਂ ਖੋਖਰ ਆ, ਅੱਛਾ ਇੱਕ ਮਿੰਟ ਮੈਨੂੰ ਇਮਤਿਹਾਨ ਇਹ ਦੱਸ, ਕਿਤੇ ਕੋਈ ਵਾਧਾ ਘਾਟਾ ਹੋ ਜਾਏ, ਲੜਾਈ ਹੋ ਜਾਏ ਬਾਹਰ, ਹਾਂਜੀ ਸਹੀ ਲੜਦਾ ਵਾ ਜਾਂ ਡਰ, ਸਹੀ ਸਾਹ ਜੀ, ਡਰਦਾ ਤਾਂ ਨਹੀਂ, ਨਹੀਂ 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 ਡਰਨਾ ਕਾ ਤੂੰ, ਲੈ ਫੇਰ ਤੁਸੀਂ ਸਹੀ ਆ, ਦੋ ਬੰਦੇ ਹੋਰ ਦੇਖਣ ਧਮਕੀ ਲਾ ਦੇ, ਲੱਤਾਂ ਤਾਂ ਨੀ ਕੰਮ ਲੱਗ ਪੈਂਦੀ, ਨਹੀਂ ਸਾਹ ਜੀ ਕੀ ਹੋ ਗਿਆ, ਮਗਰ WWE ਦਾ ਰਿੰਗ ਗਿਫਟ ਕੀਤਾ ਹੁੰਦਾ, ਮੈਂ ਕਹਿਣ ਦਿਆਂ ਕਿ ਨਹੀਂ ਨਹੀਂ ਦੌੜਦਾ ਤਾਂ ਨਹੀਂ ਨਾ, ਉਹ ਨਹੀਂ ਸਾਹ ਜੀ ਕੀ ਹੋ ਗਿਆ, ਤੂੰ ਲੜ ਕੇ ਵੇਖ ਲਾ ਯਾਰ, ਯਾਰਾਂ ਸੱਜਣਾਂ ਨੂੰ ਕੰਮ ਤੇ ਨਹੀਂ ਦਿਖਾਂਦਾ, ਸੀਨ ਕਰਦਾ ਰਿਹਾ ਉਹ ਮੈਸੇਜ, ਉਹਨੇ ਮੁੜ ਕੇ ਮੈਸੇਜ ਨਹੀਂ ਕੀਤਾ, ਗੁੱਸੇ ਦਾ ਬੜਾ ਠੰਡਾ ਵਾ, ਖੋਖਰ ਔਰ ਰਾਜਪੂਤ, ਯਾਨੀ ਤੁਸੀਂ ਖੋਖਰ ਵੀ ਰਾਜਪੂਤ, ਬਾਹੂਬਲੀ ਵੀ ਖੋਖਰ ਹੀ ਹੈ, ਬਾਜ਼ੀਗਰ ਖੋਖਰ ਨਾ ਮਾਰੀ ਦਾ, ਖੋਖਰ ਮੈਂ ਜ਼ਮਾਨਾ, ਕਿੰਨਾ ਅੱਖਾਂ ਦਾ ਟੋਕਾ ਹੁੰਦਾ, ਮੈਂ ਕਹਿੰਦਾ ਕਿਆ ਬਾਤ ਹੈ, ਮਰੇ ਚੂਚੇ ਨਾ ਮੂੰਹ ਤੇ ਬੇਸ ਲਾਈ ਹੁੰਦੀ, ਪਾਰਟ ਵੀਡੀਓ ਦਾ ਬਹੁਤ ਮਜ਼ਾ ਆਇਆ ਸੀਗਾ, ਇਹਦਾ ਥੋੜਾ ਘੱਟ ਇੰਨੀ ਜੁਗਤਾਂ ਨਹੀਂ ਹੈਗੀਆਂ, ਗੱਲਾਂ ਬਾਤਾਂ ਹੋ ਰਹੀਆਂ, ਅੱਛਾ ਇੱਕ ਫਨੀ ਮਾਹੌਲ ਬਣਿਆ ਹੋਇਆ, ਬਟ ਜੇ ਤੁਸੀਂ ਵੀਡੀਓ ਦੇਖਣੀ ਹੈ ਪੂਰੀ, ਥੱਲੇ ਲਿੰਕ ਅਸੀਂ ਦੇ ਦਾਂਗੇ, ਉਹ ਦੇਖ ਲਿਓ, ਪਿੱਛੇ ਮੁਸ਼ਕਿਲ ਨਾਲ 1-2 ਮਿੰਟ ਦੀ ਰਹਿ ਗਈ ਹੈ, ਵੀਡੀਓ ਪੂਰੀ ਹੋ ਚੁੱਕੀ ਹੈ ਆਲਮੋਸਟ।
ਤੇ ਗੱਲਾਂ ਅੱਛੀਆਂ ਸੀਗੀਆਂ, ਮਜ਼ਾ ਆਇਆ, ਐਂਟਰਟੇਨਿੰਗ ਸੀਗੀ, ਕਿਊਟ ਗੱਲਾਂ ਹੋਈਆਂ, ਐਕਸਪ੍ਰੈਸ਼ਨ ਦਾ ਬੜਾ ਮਜ਼ਾ ਆਇਆ। ਉਸਤਾਦ ਜੀ ਥੋੜ੍ਹੇ ਜਿਹੇ ਆਪ ਢਿੱਲੇ ਨੇ ਅਜੇ, ਆਈ ਥਿੰਕ ਉਹ ਆਪ ਕੰਟਰੀਬਿਊਟ ਇੰਨਾ ਨਹੀਂ ਕਰ ਰਹੇ, ਤਾਂ ਕਰਕੇ ਜਿਹੜਾ ਪੂਰੀ ਟੀਮ 'ਤੇ ਛੱਡ ਦਿਉ ਨਾ, ਉਹਨਾਂ ਨੇ ਪੂਰਾ ਟੀਮ 'ਤੇ ਛੱਡਿਆ ਹੋਇਆ। ਟੀਮ ਚੱਕ ਦੇਗੀ ਤਾਂ ਚੱਕ ਦੇਗੀ, ਉਹ ਜਿੱਦਾਂ ਹੁੰਦਾ ਨਾ ਕਿ ਇੱਕ ਮਾਹੌਲ ਬਣਾ ਕੇ ਰੱਖਦੇ ਨੇ ਕਿ ਜਦੋਂ ਟੀਮ ਥੋੜ੍ਹਾ ਥੱਲੇ ਜਾਂਦੀ ਹੈ ਉਹ ਵਿੱਚ ਆਪਣੀ 5-7 ਜੁਗਤਾਂ ਛੱਡ ਕੇ ਉਹ ਪੂਰਾ ਚੱਕ ਕੇ ਲੈ ਜਾਂਦੇ ਨੇ। ਬਟ ਕੁੜ ਵੀ ਹੋ ਸਕਦਾ ਕਿ ਆਪ ਢਿੱਲੇ ਹੋਣ, ਬਟ ਕੋਈ ਚੱਕਰ ਨਹੀਂ, ਹੁੰਦਾ ਰਹਿੰਦਾ। ਇੰਨੇ ਸਾਰੇ ਰੋਜ਼ ਇੰਨੀ ਫਨੀ ਫਨੀ ਵੀਡੀਓਜ਼ ਦੇਣਾ ਕੋਈ ਆਮ ਗੱਲ ਨਹੀਂ ਹੈ, ਮਜ਼ਾਕ ਨਹੀਂ ਹੈ। ਰੋਜ਼ ਟੀ ਟਾਈਮ ਆਉਂਦਾ ਉਹਨਾਂ ਦਾ, 50-50 ਮਿੰਟ ਦਾ, ਰੋਜ਼ ਫਨੀ ਐਪੀਸੋਡ ਬਣਾਉਣਾ ਸੌਖਾ ਨਹੀਂ ਹੈ, ਇੰਨਾ ਹੀ ਸਾਨੂੰ ਹਸਾਉਂਦੇ ਆ। ਬਹੁਤ ਵੱਡੀ ਗੱਲ ਹੈ, ਥੈਂਕ ਯੂ ਸੋ ਮਚ। ਅੱਛੀ ਸੀ ਵੀਡੀਓ, ਅਗਲੀ ਕੋਈ ਸੀ ਵੀਡੀਓ 'ਤੇ ਲੁੱਕ ਫੋਰਵਰਡ ਕਰਾਂਗੇ। ਅਤੇ ਦੱਸਿਓ ਕੋਈ ਬਹੁਤ ਜ਼ਿਆਦਾ ਫਨੀ ਹੋਵੇ। ਇਸ ਵੀਡੀਓ ਨੂੰ ਇੱਥੇ ਖਤਮ ਕਰ ਦਿੰਦੇ ਹਾਂ, ਇਹਦਾ ਹੁਣ ਆਈ ਥਿੰਕ ਕੋਈ ਪਾਰਟ ਬਚਿਆ ਨਹੀਂ ਹੈ ਸਾਡੇ ਵੱਲੋਂ, ਮੁਕੰਮਲ ਹੋ ਚੁੱਕੀ ਹੈ ਇਹ। ਤੇ ਅੱਛੀ ਸੀਗੀ, ਐਂਟਰਟੇਨਿੰਗ ਸੀਗੀ, ਇਸ ਤੋਂ ਬਹੁਤ ਅੱਛੀ ਦੇਖੀਆਂ ਨੇ। ਟੈਂਕ ਵਾਲਾ ਪੋਰਸ਼ਨ ਸਭ ਤੋਂ ਵਧੀਆ ਸੀਗਾ ਆਈ ਥਿੰਕ। ਟੈਂਕ ਵਾਲਾ ਤੇ ਜਦੋਂ ਬੁਲਡੋਜ਼ਰ ਤੱਕ ਗੱਲਾਂ ਸੀਗੀਆਂ ਉੱਥੇ ਮਜ਼ਾ ਆਇਆ, ਬਟ ਜਦੋਂ ਉੱਥੇ ਸਵਿਚ ਹੋ ਗਿਆ ਨਾ ਕੰਮ, ਉਹ ਫਿਰ ਜੁਗਤਾਂ ਖਤਮ ਹੋ ਗਈਆਂ ਸੀਗੀਆਂ ਤੇ ਥੋੜ੍ਹੀ ਜਿਹੀ ਫਲੈਟ ਹੁੰਦੀ ਜਾ ਰਹੀ ਸੀ ਵੀਡੀਓ। ਫਿਰ ਅਸੀਂ ਸੋਚਿਆ ਕਿ ਤੁਹਾਡੇ ਲਈ ਵੀ ਇਹ ਮਤਲਬ ਐਕਸਟਰਾ ਟਾਈਮ ਮੇ ਵੀ ਤੁਸੀਂ ਵੀ ਨਾ ਦੇਖੋ, ਸੋ ਪਰ ਚਲੋ ਕੋਈ ਨਹੀਂ, ਜੋ ਵੀ ਹੈ ਅਸੀਂ ਤੁਹਾਨੂੰ ਸਮਝਦੇ ਹਾਂ, ਤੁਸੀਂ ਸਾਨੂੰ ਸਮਝਦੇ ਹੋ, ਤੇ ਜੋ ਕੁਛ ਵੀ ਹੈ ਆਪਾਂ ਇੰਜੋਏ ਤਾਂ ਕੀਤਾ। ਦੇਖੋ ਇਹ ਤਾਂ ਹੈ ਹੀ ਹੈ, ਹਮਨੇ ਇੰਜੋਏ ਤੋਂ ਕਰਾ, ਆਪਨੇ ਵੀ ਕਰਾ, ਹਮਨੇ ਵੀ ਕਰਾ, ਤੋ ਬਾਤ ਯਹੀਂ ਪੇ ਜੋ ਹੈ ਖਤਮ ਹੋਤੀ ਹੈ। ਤੋ ਇਸ ਵੀਡੀਓ ਮੇ ਸਭ ਕੁਛ ਬਹੁਤ ਅੱਛਾ ਥਾ, ਬਹੁਤ ਮਜ਼ੇਦਾਰ ਥਾ, ਬਹੁਤ ਲਾਜਵਾਬ ਥਾ, ਪਰ ਮੇਰੇ ਹਿਸਾਬ ਨਾਲ ਟੈਂਕ ਵਾਲੀ ਜਿੰਨੀ ਵੀ ਗੱਲ ਸੀ ਨਾ, ਸਭ ਤੋਂ ਵਧੀਆ ਉਹੀ ਸੈਕਸ਼ਨ ਸੀਗਾ, ਹੈ ਨਾ, ਕਿ ਕੱਪੜੇ ਸੁੱਕਣ ਪਾਏ, ਟੈਂਕ ਲੈ ਗਏ, ਮੈਂ ਉਦੋਂ ਕਮੀਜ਼ਾਂ ਪਾਈਆਂ ਸੀ ਸੁੱਕਣ ਵਾਸਤੇ, ਫਿਰ ਉਹ ਇੱਕ ਐਲਬੋ ਵਾਲੀ ਗੱਲ ਕੀਤੀ ਸੀਗੀ, ਉਹ ਬਹੁਤ ਵਧੀਆ ਸੀਗਾ। ਫਿਰ ਜਿਹੜਾ ਸਭ ਤੋਂ ਪਹਿਲਾਂ ਸ਼ੁਰੂਆਤ ਹੋਈ ਸੀ ਕਿ ਟੈਂਕ 'ਚ ਅੰਦਰ ਜਾ ਕੇ ਬਾਹਰ ਖੂਨੋ ਖੂਨ ਹੋ ਗਿਆ ਸੀ, ਕੀ ਹੋਇਆ ਕਿ ਅੰਦਰ ਕੁੱਤੇ ਕਿੰਨਾ ਛੱਡਿਆ ਗਿਆ। ਆਈ ਥਿੰਕ ਉਧਰੋਂ ਜਿਹੜੀ ਸਟਾਰਟ ਹੋਈ, ਜਿਹੜੀ ਪਿੱਕ ਹੋਈ ਹੈ, ਤੇ ਉਸ ਤੋਂ ਬਾਅਦ ਜਿਹੜੀ ਬੁਲਡੋਜ਼ਰ ਸਾਈਕਲ, ਮੈਂ ਕਿਹਾ ਸੀ ਮੈਂ ਵੀਡੀਓ ਦੇ ਐਂਡ 'ਚ ਦੱਸੂਗੀ। ਅਕਸ਼ੇ ਕੁਮਾਰ ਦੀ ਪਿਕਚਰ ਆਈ ਸੀ, ਮੈਨੂੰ ਹੁਣ ਪਿਕਚਰ ਦਾ ਨਾਮ ਨਹੀਂ ਯਾਦ ਆ ਰਿਹਾ। ਨਹੀਂ ਭਾਗਮ ਭਾਗ ਨਹੀਂ, ਉਸ ਵਿੱਚ ਅਕਸ਼ੇ ਕੁਮਾਰ ਜੋ ਹੈ ਨਾ, ਉਹ ਟਿਚਕੁਲੇ ਵਾਲੀ, ਹਾਂ ਕੰਟਰੈਕਟਰ ਹੁੰਦਾ ਉਹ, ਅਕਸ਼ੇ ਕੁਮਾਰ ਏਦਾਂ ਦਾ ਕੰਟਰੈਕਟਰ ਹੁੰਦਾ, ਤੇ ਉਹ ਹਲਚਲ ਮੇ ਵੀ ਪੰਨੇ ਹਲਚਲ ਨਹੀਂ, ਚਲੋ ਐਨੀਵੇ ਜੋ ਵੀ ਮੂਵੀ ਹੈ, ਤੇ ਅਕਸ਼ੇ ਕੁਮਾਰ ਦੀ ਉਹ ਮੂਵੀ ਹੈਗੀ ਜਿਹਦੇ ਵਿੱਚ ਉਹ ਕੰਟਰੈਕਟਰ ਹੁੰਦਾ, ਤੇ ਉਹ ਬੁਲਡੋਜ਼ਰ ਲਿਆ ਕੇ ਨਾ ਉਹਨੇ ਮਕਾਨ ਤੋੜਨਾ ਹੁੰਦਾ, ਤੇ ਉਹ ਮਕਾਨ ਨੂੰ ਤੋੜਨ ਲਈ ਜਾਂ ਉਹ ਬੁਲਡੋਜ਼ਰ ਨੂੰ ਰੋਕਣ ਲਈ ਰਾਜਪਾਲ ਯਾਦਵ ਹੋ ਗਏ, ਸਾਰੇ ਐਕਟਰਸ ਹੋ ਗਏ, ਮਤਲਬ ਉਹਨਾਂ ਨੇ ਵਧੀਆ ਸੀਨ ਕ੍ਰੀਏਟ ਕੀਤਾ, ਤੇ ਅਖੀਰ ਵਿੱਚ ਉਹ ਇੱਕ ਸੀਨ ਦਿਖਾਇਆ ਕਿ ਉਹ ਬੁਲਡੋਜ਼ਰ ਥੱਲੇ ਜਾ ਰਿਹਾ ਤੇ ਸਾਈਕਲਾਂ, ਟਮਾਟਰ, ਉਹ ਪਤਾ ਨੀ ਕਿੰਨਾ ਸੁੱਟਦੇ ਰਹਿੰਦੇ, ਸਮਾਨ ਸੁੱਟਦੇ ਰਹਿੰਦੇ ਰੋਕਣ ਲਈ, ਪਰ ਉਹ ਰੁਕਦੀ ਨੀ, ਤੇ ਐਂਡ ਵਿੱਚ ਜਾ ਕੇ ਸਿੱਧਾ ਮਕਾਨ ਦੇ ਅੰਦਰ ਵੱਜਦੀ ਹੈ, ਤੇ ਆਈ ਥਿੰਕ ਏਦਾਂ ਦਾ ਕੋਈ ਸੀਨ ਹੈ ਉਸ ਮੂਵੀ ਦਾ, ਤੇ ਮੈਂ ਉਹ ਤੋਂ ਰਿਲੇਟ ਕਰ ਸਕਦੀ ਸੀ। ਬਟ ਆਈ ਥਿੰਕ ਨਾਈਸ ਵੀਡੀਓ ਸੀਗੀ, ਹਮੇਸ਼ਾ ਦੀ ਤਰ੍ਹਾਂ ਅਸੀਂ, ਸਾਡੀ ਐਕਸਪੈਕਟੇਸ਼ਨਸ ਬਹੁਤ ਜ਼ਿਆਦਾ ਹੁੰਦੀਆਂ ਨੇ, ਤਾਂ ਕਰਕੇ ਥੋੜ੍ਹਾ ਜਿਹਾ ਲੱਗ ਜਾਂਦਾ, ਬਟ ਠੀਕ ਹੈ, ਇਸ ਵੀਡੀਓ ਨੂੰ ਇੱਥੇ ਹੀ ਕਰਦੇ ਹਾਂ ਖਤਮ। ਗਾਈਜ਼, ਹੋਪ ਕਰਦੇ ਕਿ ਤੁਹਾਨੂੰ ਇਹ ਵੀਡੀਓ ਅੱਛੀ ਲੱਗੇਗੀ, ਪਲੀਜ਼ ਲਾਈਕ, ਸ਼ੇਅਰ, ਕਮੈਂਟ, ਸਬਸਕ੍ਰਾਈਬ ਜ਼ਰੂਰ ਕਰਦੇ ਹੋ, ਭਾਅ ਜੀ ਦੇ ਚੈਨਲ ਨੂੰ ਵੀ ਜਾ ਕੇ ਜ਼ਰੂਰ ਸਬਸਕ੍ਰਾਈਬ ਕਰਿਓ, ਅਤੇ ਕੱਲ੍ਹ ਭਾਅ ਜੀ ਤੁਸੀਂ ਸਾਨੂੰ ਕਮੈਂਟ ਕਰਦੇ ਹੋ, ਉਹਦੇ ਲਈ ਬਹੁਤ ਬਹੁਤ ਥੈਂਕ ਯੂ। ਮੈਨੂੰ ਤੁਹਾਡਾ ਓਰੀਜਨਲ ਨਾਮ ਨਹੀਂ ਪਤਾ, ਸੋਰੀ, ਮੈਨੂੰ ਬਹੁਤ ਔਕਵਰਡ ਲੱਗਦਾ। ਹਾਂਜੀ ਨਾਦਰ, ਹਾਂ, ਅਤੇ ਪਲੀਜ਼ ਇੱਦਾਂ ਹੀ ਕਮੈਂਟ ਕਰਦੇ ਰਹੋ, ਪਿਆਰ ਕਰਦੇ ਰਹੋ ਸਾਨੂੰ ਵੀ, ਅਤੇ ਅਸੀਂ ਵੀ ਤੁਹਾਨੂੰ ਬਹੁਤ ਸਾਰਾ ਪਿਆਰ ਕਰਦੇ ਹਾਂ, ਸਪੋਰਟ ਕਰਦੇ ਹਾਂ, ਅਤੇ ਸਾਨੂੰ ਤੋਂ ਇਜਾਜ਼ਤ ਲੈ ਕੇ ਹਾਜ਼ਰ ਹੋਣੀ ਅਗਲੀ ਵੀਡੀਓ, ਆਪਣੇ ਧਿਆਨ ਰੱਖੋ, ਖੁਸ਼ ਹੋ, ਸਿਹਤਮੰਦ ਰਹੋ, ਤੰਦਰੁਸਤ ਰਹੋ, ਦੁਆ ਵਿੱਚ ਸਾਨੂੰ ਯਾਦ ਰੱਖੋ, ਅਸੀਂ ਤੁਹਾਨੂੰ ਯਾਦ ਰੱਖਾਂਗੇ, ਦਿਓ ਇਜਾਜ਼ਤ ਪ੍ਰੀਤ ਬਾਣੀ ਨੂੰ, ਅਤੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਅਤੇ ਖੁਦਾ ਹਾਫਿਜ਼।